ਲੱਗਦਾ ਨਹੀਂ ਕਿ ਜਿਹੜਾ ਫੈਸਲਾ ਤੁਸੀਂ ਪਿੰਡ ਦੇ ਵਿੱਚ ਲਿਆ ਏ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਵੀ ਟੁੱਟ ਸਕਦੀ ਹੈ ਇਸ ਫੈਸਲੇ ਦੇ ਨਾਲ? ਹਰ ਕਿਸੇ ਨੂੰ ਇਹ ਆ ਕਿ ਕੋਈ ਨਾ ਕਿ ਜਿਹੜੇ ਸਿਆਸੀ ਰੋਟੀਆਂ ਜਿਨ੍ਹਾਂ ਦੀਆਂ ਚੱਲਦੀਆਂ ਵਾ ਪਾਰਟੀਬਾਜ਼ੀਆਂ ਤੋਂ, ਨਸ਼ੇ ਵਾਲਿਆਂ ਨੂੰ ਇਹ ਆ ਕਿ ਭਾਈ ਅੰਮ੍ਰਿਤਪਾਲ ਆ ਗਿਆ ਤਾਂ ਸਾਡੇ ਨਸ਼ੇ ਬੰਦ ਹੋਏ ਨੇ। ਅਤੇ ਜੇਕਰ ਆਪਾਂ ਆਪਣੇ ਯੋਧਿਆਂ ਨੂੰ ਨਾ ਮੌਕਾ ਦਿੱਤਾ, ਕਿਉਂਕਿ ਆਪਣੇ ਵਾਸਤੇ ਉਹਨਾਂ ਦਾ ਕਿਹੜਾ ਕੋਈ ਵੱਟ ਬੰਨੇ ਦਾ ਰੌਲਾ, ਠੀਕ ਹੈ ਜੀ, ਕੋਈ ਉਹਨਾਂ ਦਾ ਆਪਦਾ ਕੋਈ ਸਿਆਸੀ ਰੌਲਾ ਨਹੀਂ ਆ, ਇਹ ਰੌਲਾ ਵਾ ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੀ ਜਵਾਨੀ ਦਾ, ਪੰਜਾਬ ਦੀਆਂ ਨਸਲਾਂ ਦਾ, ਪੰਜਾਬ ਦੀਆਂ ਫਸਲਾਂ ਦਾ। ਇਸ ਤਰ੍ਹਾਂ ਦੀ ਕਿਹੜੀ ਚੀਜ਼ ਵਾਪਰੀ ਕਿ ਇੱਕ ਪਾਸੀ ਇੱਕ ਦਿਸ਼ਾ ਨੂੰ ਛੱਡ ਕੇ ਦੂਜੀ ਪਾਸੀ ਦਿਸ਼ਾ ਦੇ ਵੱਲੇ ਹੋ ਤੁਰਦੇ? ਤਾਂ ਜੀ ਪਹਿਲਾਂ ਤਾਂ ਸਿੱਧੀ ਗੱਲ ਆ ਕਿ ਆਪਾਂ ਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਸੀ ਮਿਲਿਆ ਜਿਹਦੇ ਆਪਾਂ ਪਿੱਛੇ ਤੁਰ ਸਕੀਏ, ਠੀਕ ਹੈ ਜੀ। ਜਿਹਦੇ ਆਪਾਂ ਪਿੱਛੇ ਤੁਰਦੇ ਸੀ ਉਹ ਆਪਣੇ ਰਾਹ ਹੀ ਲੈ ਜਾਂਦੇ ਸੀ। ਲੋਕਾਂ ਨੂੰ ਪਹਿਲਾਂ ਪਤਾ ਲੱਗ ਗਿਆ ਵਾ ਵੀ ਜਿਹੜੇ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਸਾਡੀ ਖਾਤਰ ਪਹਿਲਾਂ ਹੀ ਮਤਲਬ ਕਿ ਬਹੁਤ ਕੁਝ ਕਰ ਚੁੱਕੇ ਆ। ਲੋਕ ਤਾਂ ਬਣ ਕੇ ਕਰਦੇ ਆ, ਕੋਈ MLA ਬਣ ਕੇ ਕਰਦਾ, ਕੋਈ MP ਬਣ ਕੇ ਕਰਦਾ ਵਾ। ਇਹਨਾਂ ਨੇ ਇੱਕ ਆਮ ਇਨਸਾਨ ਦੇ ਹੁੰਦੇ ਨਾਲ ਤਾਂ ਇੰਨਾ ਕੁਛ ਕਰ ਚੁੱਕੇ ਆ ਕਿ ਜਿਹੜੇ ਇੱਕ ਅੱਜ ਕੱਲ੍ਹ ਦੇ MP ਵੀ ਨਹੀਂ ਕਰ ਸਕਦਾ। ਜੇਕਰ ਇਹਨਾਂ ਨੂੰ ਆਪਾਂ ਪਾਵਰਾਂ ਦਿੰਦੇ ਹਾਂ, ਸਿਆਸੀ ਪਾਵਰਾਂ ਦਿੰਦੇ ਹਾਂ ਆਪਾਂ, ਠੀਕ ਹੈ, ਵੋਟ ਦੀ ਪਾਵਰ ਦਿੰਦੇ ਹਾਂ, ਅਤੇ ਮੈਨੂੰ ਲੱਗਦਾ ਕਿ ਆਪਣਾ ਪੰਜਾਬ ਉਹ ਪੰਜਾਬ ਆ ਸਕਦਾ ਜਿਹੜਾ ਮਹਾਰਾਜੀਤ ਸਿੰਘ ਦੇ ਸਮੇਂ ਮਹਾਰਾਜੀਤ ਸਿੰਘ ਦੇ ਨਾਲ ਹੀ ਚਲੇ ਗਿਆ। ਕਾਂਗਰਸੀ ਪਾਰਟੀ ਕਹਿੰਦੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਉਸੇ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਅਤੇ ਅੱਜ ਉਸੇ ਸੰਵਿਧਾਨ ਦੀ ਲੀਹ 'ਤੇ ਚੱਲ ਰਿਹਾ ਵਾ। ਅਤੇ ਜਿਹੜੀ ਪਾਰਟੀ ਨੇ ਆਪਾਂ ਨੂੰ 84 ਦੇ ਵਿੱਚ ਇੰਨੇ ਦਾਗ ਦਿੱਤੇ ਆ, ਇੰਨੇ ਆਪਾਂ ਨੂੰ ਜ਼ਖਮ ਦਿੱਤੇ ਆ, ਅਤੇ ਆਪਾਂ ਉਸ ਪਾਰਟੀ ਨਾਲ ਰਲ ਕੇ ਅਤੇ ਕਿਹਦੀਆਂ ਗੱਲਾਂ ਕਰਦੇ ਹਾਂ? ਸਾਡੇ 'ਤੇ ਕਲੰਕ ਸੀਗਾ ਬੀਬੀ ਖਾਲੜਾ ਵਾਲਾ, ਇੱਕ ਤਾਂ ਸਾਡੇ ਕੋਲ ਇਹ ਮੌਕਾ ਆ ਗਿਆ ਕਿ ਕਲੰਕ ਧੋਣ ਦਾ, ਦੂਜਾ ਮੌਕਾ ਇਹ ਆ ਕਿ ਜੇਕਰ ਐਤਕੀ ਵੀ ਅਸੀਂ ਭਾਈ ਸਾਹਿਬ ਦਾ ਸਾਥ ਨਾ ਦਿੱਤਾ ਨਾ ਤਾਂ ਸਾਡੀ ਜਵਾਨੀ ਅੱਖਾਂ ਅੱਗੇ ਜਿਹੜੀ ਸਾਹਮਣੇ ਮਰਦੀ ਪਈ ਸੀ ਨਸ਼ਿਆਂ ਦੇ ਨਾਲ, ਉਹ ਅਸੀਂ ਫਿਰ ਇਹ ਜਿਹੜਾ 6ਵਾਂ ਦਰਿਆ ਵਾ ਇਹ 5 ਦਰਿਆਵਾਂ ਦੇ ਬਰਾਬਰ ਦਾ ਚੱਲੂਗਾ। ਅੱਜ ਪੰਥ 'ਤੇ ਭੀੜ ਪਈ ਆ ਅਤੇ ਆਪਣੇ ਦੁਮਾਲੇ ਬੰਨਣ ਦਾ ਤਾਂ ਹੀ ਫਾਇਦਾ ਵਾ ਕਿ ਜੇਕਰ ਆਪਾਂ ਇਹ ਦੁਮਾਲੇ ਬਣਾਉਣ ਵਾਲਿਆਂ ਦਾ ਸਾਥ ਦੇਈਏ, ਅਤੇ ਜੇਕਰ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਉਦੋਂ ਦੂਰ ਨਹੀਂ ਜਿੱਦਣ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਦੁਮਾਲੇ ਰੋਲੇ ਜਾਣ। ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ, ਖਾਸ ਕਰ ਪੰਜਾਬ ਦੀ ਵੱਡੇ ਪੱਧਰ ਦੇ ਉੱਪਰ ਨਜ਼ਰ ਬਣੀ ਹੋਈ ਹੈ ਖਡੂਰ ਸਾਹਿਬ ਹਲਕੇ ਦੇ ਉੱਪਰ, ਜਿਹਦੇ ਵਿੱਚ ਖਾਸ ਕਰ ਵੱਖ ਵੱਖ ਸਿਆਸੀ ਧਿਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਚੋਣ ਅਖਾੜੇ ਦੇ ਵਿੱਚ ਆਪਣੀ ਸਰਗਰਮੀ ਨੂੰ ਕਰਦਿਆਂ ਹੋਇਆਂ ਤੇਜ਼ ਨਜ਼ਰ ਆਉਂਦੇ ਨੇ, ਅਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੀ ਇਸ ਚੋਣ ਅਖਾੜੇ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਅਨਾਊਂਸ ਹੋ ਚੁੱਕੇ ਨੇ। ਇਸੇ ਨੂੰ ਲੈ ਕੇ ਖਾਸ ਕਰ ਇੱਕ ਪਿੰਡ ਦੇ ਵੱਲੋਂ ਵੱਡਾ ਮਤਾ ਪਾ ਕੇ ਦੂਜੀਆਂ ਸਿਆਸੀ ਧਿਰਾਂ ਦਾ ਵਿਰੋਧ ਕੀਤਾ ਗਿਆ ਹੈ ਅਤੇ ਉਹਨਾਂ ਦਾ ਬਾਈਕਆਊਟ ਕਰਦਿਆਂ ਹੋਇਆਂ ਕਿਸੇ ਵੀ ਲੀਡਰ ਨੂੰ, ਕਿਸੇ ਵੀ ਪਾਰਟੀ ਦੇ ਲੀਡਰ ਨੂੰ ਇਸ ਪਿੰਡ ਦੇ ਵਿੱਚ ਵੜਨ ਤੋਂ ਜਿਹੜਾ ਸਾਫ਼ ਮਨਾਹੀ ਕਰ ਦਿੱਤੀ ਗਈ ਹੈ। ਮੇਰੇ ਨਾਲ ਹਰੀਕੇ ਦੇ ਬਿਲਕੁਲ ਨਜ਼ਦੀਕ ਮਰਹਾਣੇ ਦੇ ਕੁਝ ਨੌਜਵਾਨ ਜੁੜੇ ਹੋਏ ਨੇ ਜਿਨ੍ਹਾਂ ਨੇ ਬਾਈਕਆਊਟ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਤੋਂ ਬਿਨਾਂ ਹੋਰ ਕਿਸੇ ਵੀ ਸਿਆਸੀ ਧਿਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਗੱਲਬਾਤ ਕਰਦੇ ਹਾਂ ਬਾਈ ਜਗਜੀਤ ਸਿੰਘ ਸਾਡੇ ਨਾਲ ਹੈ। ਬਾਈ ਜਗਜੀਤ ਸਿੰਘ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਦੂਜੀਆਂ ਸਿਆਸੀ ਧਿਰਾਂ ਦਾ ਬਾਈਕਆਊਟ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਕਰਨ ਦਾ ਮੰਤਵ ਕੀ ਹੈ ਤੁਹਾਡਾ? ਸਭ ਤੋਂ ਪਹਿਲਾਂ ਤਾਂ ਵੀਰ ਜੀ ਰਜਿੰਦਰ ਸਿੰਘ ਸਭਰਾ ਦੇ ਚੈਨਲ ਨੂੰ ਵੇਖ ਰਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੰਤਵ ਇਹ ਆ ਕਿ ਆਪਣੇ ਖਡੂਰ ਸਾਹਿਬ ਹਲਕੇ ਦੇ ਉੱਤੇ ਬਹੁਤ ਤਗੜਾ ਸਾਡੇ ਇੱਥੇ ਦਾਗ ਲੱਗਾ ਵਾ। ਪਹਿਲਾਂ ਦਾਗ ਇਹ ਲੱਗਾ ਵਾ ਕਿ ਬੀਬੀ ਆਪਣੀ ਖਾਲੜਾ ਨੂੰ ਹਰਾਉਣ ਦੇ ਜ਼ਿੰਮੇਵਾਰ ਇਹ ਮਾਝੇ ਦੇ ਮਜਾਇਲ ਆ, ਠੀਕ ਹੈ ਜੀ, ਕਿਉਂਕਿ ਬੜਾ ਤਗੜਾ ਦੇਣ ਸੀਗਾ ਭਾਈ ਸਾਹਿਬ ਦੀ ਖਾਲੜਾ ਸਾਹਿਬ ਦੀ ਆਪਣੀ ਸਿੱਖ ਕੌਮ ਨੂੰ, ਪਰ ਸਾਡੇ 'ਤੇ ਇਹ ਦਾਗ ਲੱਗਾ ਵਾ ਕਿ ਅਸੀਂ ਉਹਨਾਂ ਨੂੰ ਹਰਾਇਆ ਵਾ।
ਅਤੇ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਹਲਕੇ ਤੋਂ ਸਾਨੂੰ ਦੁਬਾਰਾ ਇੱਕ ਮੌਕਾ ਦਿੱਤਾ ਵਾ ਕਿ ਜਿਹੜਾ ਦਾਗ ਲੱਗਾ ਵਾ ਸਾਡੇ 'ਤੇ ਉਹ ਦਾਗ ਧੋਤਾ ਜਾਵੇ, ਦਾਗ ਧੋਣ ਦਾ ਸਾਨੂੰ ਮੌਕਾ ਮਿਲਿਆ ਵਾ। ਅਤੇ ਜੇਕਰ ਇਹ ਅਸੀਂ ਮੌਕਾ ਹੱਥੋਂ ਇਸ ਟਾਈਮ ਖੋਝ ਦਿੱਤਾ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੀ ਉਮਰ 'ਚ ਕੋਈ ਸਾਡਾ ਆਗੂ ਸਾਡੇ ਵੱਲ ਦੀ ਗੱਲ ਕਰੂਗਾ। ਪਿੰਡਾਂ ਦੇ ਵਿੱਚ ਸਿਆਸੀ ਧਿਰਾਂ ਦੇ ਆਮ ਕਰਕੇ ਕੇਡਰ ਖੜ੍ਹੇ ਹੁੰਦੇ ਨੇ, ਲੱਗਦਾ ਨਹੀਂ ਕਿ ਜਿਹੜਾ ਫੈਸਲਾ ਤੁਸੀਂ ਪਿੰਡ ਦੇ ਵਿੱਚ ਲਿਆ ਏ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਵੀ ਟੁੱਟ ਸਕਦੀ ਹੈ ਇਸ ਫੈਸਲੇ ਦੇ ਨਾਲ? ਜਦੋਂ ਆਪਾਂ ਸੱਚ ਦੀ ਹੋਕਾ ਦੇਣਾ ਹੋਵੇ ਨਾ ਤੇ ਬਹੁਤ ਲੋਕ ਜਿਹੜੀਆਂ ਝੂਠ ਦੀਆਂ ਦੁਕਾਨਾਂ ਵਾ, ਜਦੋਂ ਆਪਾਂ ਸੱਚ ਦੀ ਦੁਕਾਨ ਚਲਾਈਏ ਤੇ ਝੂਠ ਦੀਆਂ ਦੁਕਾਨਾਂ ਆਟੋਮੈਟਿਕ ਬੰਦ ਹੋਣੀਆਂ ਹੁੰਦੀਆਂ। ਠੀਕ ਹੈ ਜੀ, ਹਰ ਕਿਸੇ ਨੂੰ ਇਹ ਆ ਕਿ ਕੋਈ ਨਾ ਕਿ ਜਿਹੜੇ ਸਿਆਸੀ ਰੋਟੀਆਂ ਜਿਨ੍ਹਾਂ ਦੀਆਂ ਚੱਲਦੀਆਂ ਵਾ ਪਾਰਟੀਬਾਜ਼ੀਆਂ ਤੋਂ, ਹਰ ਕਿਸੇ ਨੂੰ ਇਹ ਹੈਗਾ ਵਾ ਕਿ ਜੇਕਰ ਭਾਈ ਅੰਮ੍ਰਿਤਪਾਲ ਆ ਗਿਆ, ਜਿਵੇਂ ਨਸ਼ੇ ਵਾਲੇ ਲਾ ਲਓ, ਨਸ਼ੇ ਵਾਲਿਆਂ ਨੂੰ ਇਹ ਆ ਕਿ ਭਾਈ ਅੰਮ੍ਰਿਤਪਾਲ ਆ ਗਿਆ ਤਾਂ ਸਾਡੇ ਨਸ਼ੇ ਬੰਦ ਹੋ ਜਾਣੇ ਆ। ਦੁੱਖ ਤਾਂ ਉਹਨਾਂ ਨੂੰ ਹੈਗਾ ਵਾ ਕਿ ਇਹ ਜਿਹੜਾ ਸਾਡਾ ਬਾਈਕਾਟ ਹੋ ਰਿਹਾ ਵਾ, ਪਰ ਜੇਕਰ ਅਸੀਂ ਬਾਈਕਾਟ ਉਹਨਾਂ ਦਾ ਨਾ ਕਰਾਂਗੇ ਤਾਂ ਸਾਡੀ ਜਿਹੜਾ ਯੂਥ ਵਾ, ਸਾਡੀ ਜਿਹੜੀ ਨਸਲ ਵਾ, ਨਸਲ ਦੀ ਨਸਲ ਕੁਛ ਹੀ ਹੋ ਰਹੀ ਆ। ਅਤੇ ਬਹੁਤ ਵੱਡੇ ਲੈਵਲ 'ਤੇ ਡੇ ਬਾਈ ਡੇ ਵੱਡੇ ਲੈਵਲ 'ਤੇ ਜਿਹੜਾ ਆਪਣਾ ਪੰਜਾਬ ਵਾ, ਆਪਣਾ ਇੰਡੀਆ ਵਾ, ਉਹ ਡਿਕਟੇਟਰਸ਼ਿਪ ਵੱਲ ਜਾ ਰਿਹਾ ਵਾ। ਅਤੇ ਜੇਕਰ ਆਪਾਂ ਆਪਣੇ ਯੋਧਿਆਂ ਨੂੰ ਨਾ ਮੌਕਾ ਦਿੱਤਾ, ਕਿਉਂਕਿ ਆਪਣੇ ਵਾਸਤੇ ਉਹ ਉਹਨਾਂ ਦਾ ਕਿਹੜਾ ਕੋਈ ਵੱਟ ਬੰਨੇ ਦਾ ਰੌਲਾ ਵਾ? ਠੀਕ ਹੈ ਜੀ, ਕੋਈ ਉਹਨਾਂ ਦਾ ਆਪਦਾ ਕੋਈ ਸਿਆਸੀ ਰੌਲਾ ਨਹੀਂ ਆ, ਇਹ ਰੌਲਾ ਵਾ ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੀ ਜਵਾਨੀ ਦਾ, ਪੰਜਾਬ ਦੀਆਂ ਨਸਲਾਂ ਦਾ, ਪੰਜਾਬ ਦੀਆਂ ਫਸਲਾਂ ਦਾ। ਜਿਹੜੀ ਤੁਹਾਡੀ ਪਿੰਡ ਵਿਚਲੀ ਬਹੁਤ ਗਿਣਤੀ ਆ ਉਹ ਇਸ ਚੀਜ਼ ਨੂੰ ਸਮਝਣ ਵਾਸਤੇ ਤਿਆਰ ਆ? ਹਾਂਜੀ ਬਿਲਕੁਲ ਤਿਆਰ ਹੈ ਜੀ, ਨੌਜਵਾਨੀ ਤਾਂ ਸਾਡੇ 'ਚ 100% ਹੀ ਜਿਹੜੀ ਭਾਈ ਅੰਮ੍ਰਿਤਪਾਲ ਦੇ ਸਮਰਥਨ ਦੇ ਵਿੱਚ ਆ। ਕੁਝ ਤੁਹਾਨੂੰ ਪਤਾ ਕਿ ਕੋਈ ਪੁਰਾਣੇ ਹੁੰਦੇ ਆ, ਜਿਵੇਂ ਬਜ਼ੁਰਗ ਹੁੰਦੇ ਆ, ਉਹਨਾਂ ਦੇ ਹਜੇ ਵੀ ਮਾਇੰਡ ਦੇ ਵਿੱਚ ਅਕਾਲੀ ਕਾਂਗਰਸੀ ਅਕਾਲੀ ਕਾਂਗਰਸੀ ਉਹ ਚੱਲਦਾ ਪਿਆ ਵਾ, ਪਰ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਉਹਨਾਂ ਦੀ ਵੀ ਸੋਚ ਆਪਣੇ ਸਿੱਖਾਂ ਪ੍ਰਤੀ ਆਪਣੀ ਪ੍ਰਤੀ ਬਦਲੇ, ਤਾਂ ਜੋ ਆਪਣੀ ਜਿਹੜੀ ਸਿੱਖ ਕੌਮ ਆ ਹਮੇਸ਼ਾ ਹੀ ਇਹਨਾਂ ਤੋਂ ਮਾਰਾਂ ਖਾਂਦੀ ਆਈ ਆ। ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ ਖਾਸ ਕਰ ਇੱਕ ਪਾਸੇ, ਤਾਂ ਦੂਜੀਆਂ ਸਿਆਸੀ ਅਤੇ ਰਵਾਇਤੀ ਧਿਰਾਂ ਦੇ ਵੱਲੋਂ ਕਿਤੇ ਨਾ ਕਿਤੇ ਲਾਲਚ ਦਿੱਤੇ ਜਾਂਦੇ ਆ, ਆਟਾ ਦਾਲ ਕਣਕ 1000 ਰੁਪਇਆ ਪੈਨਸ਼ਨਾਂ ਦਾ ਜ਼ਿਕਰ ਹੁੰਦਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਦਿ ਨਜ਼ਰ ਆਉਂਦੀਆਂ। ਕੀ ਲੱਗਦਾ ਕਿ ਇੱਕ ਪਾਸੇ ਉਹ ਸਿਆਸੀ ਧਿਰਾਂ ਨੇ ਅਤੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਹੈ, ਫਿਰ ਲੋਕ ਫਤਵਾ ਕਿਹਨੂੰ ਦੇ ਸਕਦੇ ਆ ਜ਼ਿਆਦਾਤਰ? ਮੈਂ ਤੁਹਾਨੂੰ ਦੱਸ ਰਿਹਾ ਕਿ ਵੀਰ ਕਵਲਦੀਪ ਸਿੰਘ ਆ, ਕਵਲਦੀਪ ਸਿੰਘ ਸਾਡੇ ਮਰਹਾਣੇ ਤੋਂ ਆ, ਜਿਹੜੇ ਅੱਗੇ ਲੱਗ ਕੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਪ੍ਰਚਾਰ ਕਰ ਰਹੇ ਆ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਜੀ ਦਾ ਦੋ ਤਰੀਕੇ ਨਾਲ ਪ੍ਰਚਾਰ ਹੋ ਰਿਹਾ, ਇੱਕ ਤਾਂ ਜਿਹੜੀ ਨੌਜਵਾਨੀ ਆ ਖੁੱਲ੍ਹ ਕੇ ਸਾਹਮਣੇ ਆ ਰਹੀ ਆ, ਅਤੇ ਜਿਹੜੇ ਕੁਝ ਲੋਕ ਆ ਜਿਹੜੇ ਪਾਰਟੀਆਂ ਦੇ ਬੱਧੇ ਆ ਹੈਗੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਆ, ਪਰ ਵੋਟ ਮਤਲਬ ਕਿ ਜੁੜੇ ਦੂਜੀਆਂ ਪਾਰਟੀਆਂ ਨਾਲ ਆ। ਅਤੇ ਮੈਂ ਜਿਵੇਂ ਆਪ ਜੀ ਨੇ ਕਿਹਾ ਸੀਗਾ ਕਿ ਵੀ ਕੋਈ ਲਾਲਚ ਦਿੱਤੇ ਜਾ ਰਹੇ ਆ, ਕੁਝ ਨਾ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਆਪੋ ਆਪਣੇ ਤਰੀਕਿਆਂ ਨਾਲ ਪਾਰਟੀਆਂ ਕਰ ਰਹੀਆਂ ਵਾ। ਹੁਣ ਇਹ ਵੀਰ ਜੀ ਪਹਿਲਾਂ ਦੂਜੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਸੀਗੇ, ਪਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਆਪਣੇ ਪੰਥ ਦੀ ਗੱਲ ਵਾ ਅਤੇ ਆਪਾਂ ਨੂੰ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਵਾ, ਕਿਉਂਕਿ ਸਾਰੀ ਉਮਰ ਅਕਾਲੀਆਂ ਕਾਂਗਰਸ ਆਪਾਂ ਕਰ ਦਿੱਤੀ ਆ। ਅਤੇ ਇਸ ਵੀਰ ਜੀ ਨੂੰ ਬਹੁਤ ਫੋਨ ਆ ਰਹੇ ਆ ਕਿ ਸਾਰੇ ਫੋਨ ਲਾ ਕੇ ਕਹਿ ਰਿਹਾ ਕਿ ਯਾਰ ਤੂੰ ਕਿਉਂ ਅੱਗੇ ਲੱਗਿਆ ਵਾ, ਤੂੰ ਕਿਉਂ ਬੁਰਾ ਬਣਦਾ ਵਾ। ਲੀਡਰਾਂ ਦੇ ਫੋਨ ਆ ਰਹੇ ਜਾਂ ਪਿੰਡਾਂ 'ਚੋਂ ਆ ਰਹੇ? ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਫੋਨ ਆ ਰਹੇ ਆ, ਸਾਰਿਆਂ ਦੇ ਫੋਨ ਆ ਰਹੇ ਆ। ਪਹਿਲਾਂ ਕਿਹਨਾਂ ਨੂੰ ਸਪੋਰਟ ਕੀਤੀ ਜਾਂਦੀ ਸੀ ਇਹਨਾਂ ਵੱਲੋਂ? ਇਹ ਸਪੋਰਟ ਸੀਗੀ ਕਾਂਗਰਸ ਦੀ ਪਾਰਟੀ ਨੂੰ, ਸਪੋਰਟ ਸੀਗੀ ਕਾਂਗਰਸ ਨੂੰ, ਸਪੋਰਟ ਕਰਦੇ ਸੀ ਥੋੜ੍ਹੀ ਵੀ ਨਹੀਂ ਬਹੁਤ ਜ਼ਿਆਦਾ। ਇਹ ਉਸ ਟਾਈਮ ਜਦੋਂ ਸਾਡੇ ਹਲਕੇ ਤੋਂ ਗਿੱਲ ਸਾਹਿਬ ਗਿੱਲ ਜਦੋਂ ਹਾਰਿਆ ਵਾ 7-8 ਵਾਰੀ, ਆਪਾਂ ਨੂੰ ਤੁਹਾਨੂੰ ਪਤਾ ਹਾਰਿਆ ਪਹਿਲਾਂ ਹੈ ਨਾ, ਅਤੇ ਇਹ ਉਦੋਂ ਵੀ ਉਹਦੇ ਉਹਨਾਂ ਦੇ ਨਾਲ ਸੀਗਾ ਜਦੋਂ ਉਹਨਾਂ ਨੂੰ ਪਿੰਡ ਦੇ ਵਿੱਚ ਕੋਈ ਨਹੀਂ ਸੀ ਜਾਣਦਾ, ਇੰਨਾ ਮਤਲਬ ਕਿ ਇੱਕ ਸਪੋਰਟ ਕੀਤੀ ਸੀ। ਇਸ ਤਰ੍ਹਾਂ ਦੀ ਕਿਹੜੀ ਚੀਜ਼ ਵਾਪਰੀ ਕਿ ਇੱਕ ਪਾਸੀ ਇੱਕ ਦਿਸ਼ਾ ਨੂੰ ਛੱਡ ਕੇ ਦੂਜੀ ਪਾਸੀ ਦਿਸ਼ਾ ਦੇ ਵੱਲੇ ਹੋ ਤੁਰਦੇ? ਭਾਅ ਜੀ ਪਹਿਲਾਂ ਤਾਂ ਸਿੱਧੀ ਗੱਲ ਆ ਕਿ ਆਪਾਂ ਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਸੀ ਮਿਲਿਆ ਜਿਹਦੇ ਆਪਾਂ ਪਿੱਛੇ ਤੁਰ ਸਕੀਏ।
ਠੀਕ ਹੈ ਜੀ, ਜਿਹਦੇ ਆਪਾਂ ਪਿੱਛੇ ਤੁਰਦੇ ਸੀ ਉਹ ਆਪਣੇ ਰਾਹ ਹੀ ਲੈ ਜਾਂਦਾ ਸੀਗਾ, ਠੀਕ ਹੈ ਜੀ। ਬਾਅਦ 'ਚ ਜਾ ਕੇ ਪਤਾ ਲੱਗਦਾ ਸੀ ਯਾਰ ਗਲਤੀ ਹੋ ਗਈ ਆ। ਹੁਣ ਇੱਕ ਨੌਜਵਾਨ ਪੀੜ੍ਹੀ ਨੂੰ, ਸਿੱਖ ਕੌਮ ਨੂੰ ਆਸ ਜਾਗੀ ਆ ਕਿ ਜਿਹੜੇ ਸਾਡੇ, ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਰਕੇ ਵਿਖਾਤਾ ਵਾ, ਕਿਉਂਕਿ ਜਦੋਂ ਆਪਾਂ ਹੱਕ ਸੱਚ ਲਈ ਜਾਈਏ ਆਪਾਂ ਨੂੰ ਜੇਲ੍ਹਾਂ ਹੁੰਦੀਆਂ ਵਾ, ਠੀਕ ਹੈ ਜੀ। ਲੋਕ ਉਹ ਲੋਕਾਂ ਨੂੰ ਪਹਿਲਾਂ ਪਤਾ ਲੱਗ ਗਿਆ ਵਾ ਵੀ ਜਿਹੜੇ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਸਾਡੀ ਖਾਤਰ ਪਹਿਲਾਂ ਹੀ ਮਤਲਬ ਕਿ ਬਹੁਤ ਕੁਝ ਕਰ ਚੁੱਕੇ ਆ। ਲੋਕ ਤਾਂ ਬਣ ਕੇ ਕਰਦੇ ਆ, ਕੋਈ MLA ਬਣ ਕੇ ਕਰਦਾ, ਕੋਈ MP ਬਣ ਕੇ ਕਰਦਾ ਵਾ। ਇਹਨਾਂ ਨੇ ਇੱਕ ਆਮ ਇਨਸਾਨ ਦੇ ਹੁੰਦੇ ਨਾਲ ਤਾਂ ਇੰਨਾ ਕੁਛ ਕਰ ਚੁੱਕੇ ਆ ਕਿ ਜਿਹੜੇ ਇੱਕ ਅੱਜ ਕੱਲ੍ਹ ਦੇ MP ਵੀ ਨਹੀਂ ਕਰ ਸਕਦਾ, ਠੀਕ ਹੈ ਜੀ। ਅਤੇ ਜੇਕਰ ਇਹਨਾਂ ਨੂੰ ਆਪਾਂ ਪਾਵਰਾਂ ਦਿੰਦੇ ਹਾਂ, ਸਿਆਸੀ ਪਾਵਰਾਂ ਦਿੰਦੇ ਹਾਂ ਆਪਾਂ, ਠੀਕ ਹੈ, ਵੋਟ ਦੀ ਪਾਵਰ ਦਿੰਦੇ ਹਾਂ, ਅਤੇ ਮੈਨੂੰ ਲੱਗਦਾ ਕਿ ਆਪਣਾ ਪੰਜਾਬ ਉਹ ਪੰਜਾਬ ਆ ਸਕਦਾ ਜਿਹੜਾ ਮਹਾਰਾਜੀਤ ਸਿੰਘ ਦੇ ਸਮੇਂ ਮਹਾਰਾਜੀਤ ਸਿੰਘ ਦੇ ਨਾਲ ਹੀ ਚਲੇ ਗਿਆ ਸੀ। ਕੁਲਬੀਰ ਜੀਰਾ ਕਾਂਗਰਸ ਤੋਂ ਨੇ, ਉਹ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਤਾਂ ਕਹਿੰਦੇ ਸੀ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ, ਕਹਿੰਦੇ ਉਸੇ ਸੰਵਿਧਾਨ ਦੇ ਅਧੀਨ ਹੁਣ ਚੋਣ ਲੜਨੀ ਪੈ ਰਹੀ ਆ। ਹੁਣ ਗੁਰੂ ਦਾ ਸਿੱਖ ਬਿਆਨ 'ਤੇ ਚੇਂਜ ਕਰਦਾ ਨਹੀਂ ਹੁੰਦਾ, ਗੁਰੂ ਦਾ ਸਿੱਖ ਬਿਆਨ 'ਤੇ ਨਹੀਂ ਚੇਂਜ ਕਰਦਾ, ਪਰ ਉਹ ਵੀ ਗੁਰੂ ਦਾ ਸਿੱਖ ਨਹੀਂ ਹੁੰਦਾ ਵੀ ਜਿਹੜਾ ਆਪਦੇ ਗੁਰੂ ਦੇ ਉੱਤੇ ਸੱਟਾਂ ਲੱਗੀਆਂ ਹੋਣ ਅਤੇ ਵਿਰੋਧੀਆਂ ਦਾ ਸਾਥ ਦੇਵੇ। 84 ਭੁੱਲ ਗਈ ਆਪਾਂ ਨੇ, ਠੀਕ ਹੈ ਜੀ। ਇਹਨਾਂ ਦੇ ਭਾਈ ਅੰਮ੍ਰਿਤਪਾਲ ਨੇ ਤਾਂ ਇਹ ਕਹਿ ਦਿੱਤਾ ਕਿ ਮੈਂ ਉਸ ਸੰਵਿਧਾਨ ਨੂੰ ਮੰਨਦਾ ਨਹੀਂ ਹਾਂ, ਠੀਕ ਹੈ ਜੀ। ਪਰ ਕੁਝ ਚੀਜ਼ਾਂ ਤੁਹਾਨੂੰ ਪਤਾ ਵਾ ਕਿ ਕਰਨ ਦੇ ਵਾਸਤੇ ਕੋਈ ਨਾ ਕੋਈ ਆਪਣੇ ਇਰਾਦੇ ਬਦਲਨੇ ਪੈਂਦੇ ਆ, ਠੀਕ ਹੈ ਜੀ। ਜੇ ਮੰਨ ਲਓ ਹੁਣ ਆਪਾਂ ਇੱਥੋਂ ਤਰਨ ਤਾਰਨ ਜਾਣਾ, ਆਪਾਂ ਰੋਡ ਭਾਵੇਂ ਮਾੜਾ ਵਾ, ਹੋਰ ਕੋਈ ਜੇ ਰੋਡ ਹੀ ਨਹੀਂ ਹੈਗਾ ਤਾਂ ਮੈਂ ਤਾਂ ਮਾੜੇ ਰੋਡ ਤਾਂ ਨਹੀਂ ਜਾਊਂਗਾ, ਠੀਕ ਹੈ ਜੀ। ਅਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀਆਂ ਕਾਂਗਰਸੀ ਪਾਰਟੀ ਕਹਿੰਦੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਉਸੇ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਅਤੇ ਅੱਜ ਉਸੇ ਸੰਵਿਧਾਨ ਦੀ ਲੀਹ 'ਤੇ ਚੱਲ ਰਿਹਾ ਵਾ, ਅਤੇ ਜਿਹੜੀ ਪਾਰਟੀ ਨੇ ਆਪਾਂ ਨੂੰ 84 ਦੇ ਵਿੱਚ ਇੰਨੇ ਦਾਗ ਦਿੱਤੇ ਆ, ਇੰਨੇ ਆਪਾਂ ਨੂੰ ਜ਼ਖਮ ਦਿੱਤੇ ਆ, ਅਤੇ ਆਪਾਂ ਉਸ ਪਾਰਟੀ ਨਾਲ ਰਲ ਕੇ ਅਤੇ ਕਿਹਦੀਆਂ ਗੱਲਾਂ ਕਰਦੇ ਹਾਂ, ਮੰਨਦੇ ਨਾ ਇਸ ਚੀਜ਼ ਨੂੰ। ਪਿੰਡ ਦੇ ਵੱਲੋਂ ਐਲਾਨ ਹੋਇਆ, ਐਲਾਨ ਬਹੁਤ ਵੱਡਾ ਹੋਇਆ, ਤਾਂ ਜਦੋਂ ਕਾਂਗਰਸ, ਅਕਾਲੀ ਦਲ ਜਾਂ BJP ਦੇ ਨਾਲ ਸੰਬੰਧਿਤ ਤਮਾਮ ਸਾਰੀਆਂ ਧਿਰਾਂ ਪਿੰਡਾਂ ਦੇ ਵਿੱਚ ਦਾਖਲ ਹੋਣਗੀਆਂ, ਤੁਹਾਡੇ ਵੱਲੋਂ ਬਾਈਕਆਊਟ ਕੀਤਾ, ਤਾਂ ਫਿਰ ਉਹਨਾਂ ਦਾ ਵਿਰੋਧ ਕਿਸ ਤਰੀਕੇ ਦੇ ਨਾਲ ਹੋਏਗਾ, ਸਵਾਲ ਹੋਣਗੇ ਜਾਂ ਕਿਹੜਾ, ਕਿਸ ਤਰ੍ਹਾਂ ਦਾ ਤੁਸੀਂ ਰੋਡ ਮੈਪ ਉਲੀਕਿਆ ਆ? ਇਹ ਤਾਂ ਚਲੋ ਅਸੀਂ ਸਾਰੇ ਭਰਾਵਾਂ ਨਾਲ ਗੱਲ ਅੱਗੇ ਵੀ ਕੀਤੀ ਸੀਗੀ, ਹੁਣ ਵੀ ਸਾਡੀ ਗੱਲਬਾਤ ਚੱਲਦੀ ਪਈ ਆ ਵੀ ਜਦੋਂ ਕੋਈ ਸਿਆਸੀ ਪਾਰਟੀ ਆਊਗੀ ਉਹਦੇ ਨਾਲ ਕਿਸ ਤਰੀਕੇ ਨਾਲ ਅਸੀਂ ਵਿਹਾਰ ਕਰਨਾ ਵਾ, ਠੀਕ ਹੈ ਜੀ। ਸਾਰੇ ਵੀਰ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ, ਵੀਰ ਕਵਰਦੀਪ ਹੋਣੀ ਆ ਸਾਡੇ ਪਿੰਡ ਤੋਂ, ਹੋਰ ਵੀ ਵੀਰ ਵਾ ਜਿਹੜੇ ਮਤਲਬ ਕਿ ਭਾਈ ਸਾਹਿਬ ਦੇ ਹੱਕ ਦੇ ਵਿੱਚ ਸ਼ਰੇਆਮ ਨਿਤਰ ਰਹੇ ਆ। ਕਿੰਨੇ ਕੁ ਲੋਕ? ਹਾਂਜੀ ਵੀਰ, ਬਾਏ ਨੇਮ ਜੇ ਮੈਂ ਦੱਸਣ ਲੱਗ ਗਿਆ ਸਾਰੇ ਇੰਟਰਵਿਊ ਦੇ ਵਿੱਚ ਨਾ ਹੀ ਜਾਣਗੇ, ਮਤਲਬ ਸੈਂਕੜਿਆਂ ਦੇ ਹਿਸਾਬ, ਸੈਂਕੜਿਆਂ ਹਿਸਾਬ ਨੇ, ਮਤਲਬ ਕਿ 90% ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਆ ਦੁਨੀਆ, ਕਿਉਂਕਿ ਸਭ ਤੋਂ ਵੱਡਾ ਆਪਣਾ ਜਿਹੜਾ ਸਾਡੇ 'ਤੇ ਕਲੰਕ ਸੀਗਾ ਬੀਬੀ ਖਾਲੜਾ ਵਾਲਾ, ਇੱਕ ਤਾਂ ਸਾਡੇ ਕੋਲ ਇਹ ਮੌਕਾ ਆ ਗਿਆ ਵੀ ਕਲੰਕ ਧੋਣ ਦਾ, ਦੂਜਾ ਮੌਕਾ ਇਹ ਆ ਕਿ ਜੇਕਰ ਐਤਕੀ ਵੀ ਅਸੀਂ ਭਾਈ ਸਾਹਿਬ ਦਾ ਸਾਥ ਨਾ ਦਿੱਤਾ ਨਾ ਤਾਂ ਸਾਡੀ ਜਵਾਨੀ ਅੱਖਾਂ ਅੱਗੇ ਜਿਹੜੀ ਸਾਹਮਣੇ ਮਰਦੀ ਪਈ ਸੀ ਨਸ਼ਿਆਂ ਦੇ ਨਾਲ, ਉਹ ਅਸੀਂ ਫਿਰ ਇਹ ਜਿਹੜਾ 6ਵਾਂ ਦਰਿਆ ਵਾ ਇਹ 5 ਦਰਿਆਵਾਂ ਦੇ ਬਰਾਬਰ ਦਾ ਚੱਲੂਗਾ। ਇਹ ਜ਼ਮੀਰ ਦੀ ਆਵਾਜ਼ ਆ ਤੁਹਾਡੀ? ਇਹ ਜ਼ਮੀਰ ਦੀ ਆਵਾਜ਼ ਆ। ਅੱਜ ਤੱਕ ਵੀਰ ਜੀ ਮੈਂ ਕਦੀ ਵੀ ਕਿਸੇ ਵੀ ਸਿਆਸੀ ਪਾਰਟੀ ਦੇ ਮਗਰ ਨਹੀਂ ਸੀ ਆਇਆ, ਅੱਜ ਵੀ ਸਿਆਸੀ ਪਾਰਟੀ ਦੇ ਮਗਰ ਨਹੀਂ ਆਇਆ, ਅੱਜ ਪੰਥ ਦੇ ਮਗਰ ਆਇਆ, ਠੀਕ ਹੈ ਜੀ। ਪਹਿਲੀ ਵਾਰ ਮੈਂ MP ਦੀ ਇਲੈਕਸ਼ਨ ਦੇ ਵਿੱਚ ਇੱਡੀ ਦੂਰ ਰਹਿਣ ਨਹੀਂ ਤਾਂ ਮੇਰੇ ਪਿੰਡ ਵੀ ਕੋਈ ਆਉਂਦਾ ਸੀਗਾ ਅਤੇ ਮੈਂ ਨਹੀਂ ਸੀ ਜਾਂਦਾ, ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀਗਾ, ਮੈਨੂੰ ਆਪਣੀ ਸੇਵਾ ਨਾਲ ਮਤਲਬ ਸੀ। ਪਰ ਅੱਜ ਪੰਥ 'ਤੇ ਭੀੜ ਪਈ ਆ ਅਤੇ ਆਪਣੇ ਦੁਮਾਲੇ ਬੰਨਣ ਦਾ ਤਾਂ ਹੀ ਫਾਇਦਾ ਵਾ ਕਿ ਜੇਕਰ ਆਪਾਂ ਇਹ ਦੁਮਾਲੇ ਬੰਨਣ ਬਣਾਉਣ ਵਾਲਿਆਂ ਦਾ ਸਾਥ ਦੇਈਏ, ਅਤੇ ਜੇਕਰ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਉਦੋਂ ਦੂਰ ਨਹੀਂ ਜਿੱਦਣ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਦੁਮਾਲੇ ਰੋਲੇ ਜਾਣਗੇ। ਬਿਲਕੁਲ, ਆ ਪੂਰੇ ਪਿੰਡ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ, ਤਾਂ ਜਿਹੜੀਆਂ ਦੂਜੀਆਂ ਧਿਰਾਂ ਪਿੰਡਾਂ ਦੇ ਵਿੱਚ ਦਾਖਲਾ ਲੈਣ ਗਈਆਂ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕੀਤਾ ਜਾਏਗਾ, ਕਿਸ ਤਰੀਕੇ ਦੀ ਗੱਲਬਾਤ ਹੋ ਸਕਦੀ ਹੈ,
ਇਹ ਵੀ ਭਵਿੱਖ ਦੇ ਉੱਪਰ ਤੈਅ ਕੀਤਾ ਜਾ ਸਕਦਾ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਤਮਾਮ ਸਾਰੀਆਂ ਧਿਰਾਂ ਨੂੰ ਕਈ ਦਹਾਕੇ ਤੋਂ ਅਪਣਾਇਆ ਹੋਇਆ ਸੀ ਤਾਂ ਉਹਨਾਂ ਦਾ ਤਿਆਗ ਕਰਦਿਆਂ ਹੋਇਆਂ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕੀਤੀ ਜਾ ਰਹੀ ਹੈ। ਭਵਿੱਖ ਦੇ ਵਿੱਚ ਵੀ ਅੱਗੇ ਦੀ ਗਰਾਊਂਡ 'ਤੇ ਕਿਸ ਤਰੀਕੇ ਦੀ ਰੂਪ ਰੇਖਾ ਹੋ ਸਕਦੀ ਹੈ, ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।